ਅੱਜ ਦੇਸ਼ ਭਰ ਦੇ ਵਿੱਚ ਦੀਵਾਲੀ ਦਾ ਤਿਹਾਰ ਹੈ ਜਿਹੜਾ ਮਨਾਇਆ ਜਾਵੇਗਾ ਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਦੱਸਦੀ ਹੈ ਕਿ ਗਿਆਨੀ ਹਰਪੀ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸਾਰੇ ਲੋਕਾਂ ਨੂੰ ਅਤੇ ਸਿੱਖ ਸੰਗਤਾਂ ਨੂੰ ਜਿਹੜੀ ਵਧਾਈ ਆ ਉਹ ਦਿੱਤੀ ਹੈ ਤੇ 71 ਹੋਣ ਦੇ ਲਈ ਵੀ ਉਹਨਾਂ ਨੇ ਕਿਹਾ ਹੈ ਕਿ ਸਾਰੇ ਲੋਕਾਂ ਨੂੰ 71 ਹੋ ਕੇ ਜਿਹੜੀ ਇਹ ਤਿਹਾਰ ਹੈ ਜਿਹੜਾ ਮਨਾਉਣਾ ਚਾਹੀਦਾ ਹੈ ਆਪਸੀ ਭਾਈਚਾਰੇ ਦੇ ਪਿਆਰ ਨੂੰ ਲੈ ਕੇ ਉਹਨਾਂ ਨੇ ਸੰਬੋਧਨ ਕੀਤਾ ਹੈ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਗਿਆਨੀ ਹਰਪੀ ਸਿੰਘ ਦਾ ਕੀ ਕਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੰਦੀ ਛੋੜ ਦਿਵਸ ਦੀਵਾਲੀ ਦੇ ਜੋੜ ਮੇਲ ਦੀਆਂ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਸਿੱਖ ਸੰਗਤਾਂ ਦੀ ਗਿਣਤੀ ਦੇ ਵਿੱਚ ਚੋਖਾ ਵਾਧਾ ਹੋ ਚੁੱਕਿਆ ਸੀ ਵਸਾਖੀ ਦੇ ਪੁਰਬ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਿੱਖ ਸੰਗਤ ਮਨਾਉਂਦੀ ਸੀ ਜੋ ਸਾਲ ਦੇ ਵਿੱਚ ਇੱਕ ਵਾਰ ਮਨਾਇਆ ਜਾਂਦਾ ਸੀ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਦੀਵਾਲੀ ਦੇ ਜੋੜ ਮੇਲ ਮੌਕੇ ਵੀ ਸਾਰੀ ਸੰਗਤ ਇੱਕੋ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਜ਼ਰੂਰ ਪਹੁੰਚੇ ਸੋ ਦੀਵਾਲੀ ਵਾਲੇ ਦਿਨ ਸੰਗਤ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਜ਼ੂਰ ਪਹੁੰਚੇ ਬਾਦਸ਼ਾਹ ਨੇ ਆਪ ਉਪਦੇਸ਼ ਦਿੱਤਾ ਸਿੱਖ ਸੰਗਤਾਂ ਨੂੰ ਅਕਾਲ ਪੁਰਖ ਦੀ ਬੰਦਗੀ ਦੇ ਰੜਾਈ ਨਾਮ ਸਿਮਰਨ ਨਾਲ ਜੋੜਿਆ ਇਉਂ ਦੀਵਾਲੀ ਦੇ ਜੋੜ ਮੇਲ ਵੀ ਗੁਰੂ ਘਰ ਦੇ ਵਿੱਚ ਮਨਾਉਣੇ ਜਿਹੜੇ ਆ ਇਹ ਪਰਾਰੰਭ ਹੋਏ ਖਾਸ ਤੌਰ ਤੇ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਹੋਏ ਪੜਾਦਰ ਪੜਾ ਕਰਦੇ ਜਦੋਂ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਤੇ ਸਤਿਗੁਰਾਂ ਦੇ ਸ੍ਰੀ ਅਮਰਸਰ ਸਾਹਿਬ ਪਹੁੰਚਣ ਤੇ ਸਿੱਖ ਸੰਗਤਾਂ ਨੇ ਦਿਵਾੜੀ ਦੇ ਜੋੜ ਮੇਲ ਵੱਡੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਈ ਉਦੋਂ ਤੋਂ ਬੰਦੀ ਛੋੜ ਦਿਵਸ ਦੇ ਨਾਂ ਨਾਲ ਵੀ ਇਹ ਦਿਵਸ ਜਿਹੜਾ ਹੈ ਉਹ ਜਾਣਿਆ ਜਾਣ ਲੱਗਾ ਧਾਰਮਿਕ ਸਦੀ ਦੇ ਵਿੱਚ ਵੀ ਇਸ ਦਿਵਸ ਦੀ ਬੜੀ ਵੱਡੀ ਮਹੱਤਤਾ ਰਹੀ ਹੈ। ਮਿਸਲਾਂ ਸ੍ਰੀ ਅਮਰ ਸਰਸਬਤ ਪਵਨ ਧਰਤੀ ਤੇ ਦੀਵਾਲੀ ਤੋਂ ਬਹੁਤ ਸਮਾਂ ਪਹਿਲਾਂ ਪੁੱਜ ਜਾਂਦੀਆਂ। ਜਥੇਦਾਰ ਬੈਠਦੇ ਮਿਸਲਾਂ ਦੇ ਆਪਸੀ મત ਪੈਦਾ ਨੂੰ ਪਹਲਾਉਂਦੇ। ਆ ਗਾਂਧੀ ਰਣਨੀਤੀ ਜਿਹੜੀ ਹੈ ਉਹ ਸਾਜੇ ਰੂਪ ਦੇ ਵਿੱਚ ਕਿਵੇਂ ਬਣਾਉਣੀ ਹੈ ਉਹ ਸਾਰੀ ਗੱਲਬਾਤ ਤੈਅ ਕਰਦੇ। ਕਿਸ ਤਰ੍ਹਾਂ ਚੱਲਣਾ ਹੈ ਕਿਸ ਤਰ੍ਹਾਂ ਜਿਹੜਾ ਹੈ ਉਹ ਦੁਸ਼ਮਣ ਨੂੰ maat ਦੇਣੀ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਤਕੜਿਆ ਕਰਨਾ ਹੈ ਇਹ ਸਾਰੀ ਰਣਨੀਤੀ ਵਿਵੰਤਬੰਦੀ ਜਿਹੜੀ ਹੈ ਸਾਰੇ ਜਥੇਦਾਰ ਸਰਦਾਰ ਮਿਲ ਕੇ ਦਿਵਾਲੀ ਦੇ ਜੋੜ ਮੌਲ ਮੋਕੇ ਸ੍ਰੀ ਅਕਾਲ ਤੱਕ ਅਸਹਿਤ ਦੇ ਵਿਚਾਰਾਂ ਕਰਦੇ ਤੈਅ ਕਰਦੇ ਤੇ ਨਵੀਂ ਤਾਕਤ ਲੈ ਕੇ ਨਵੀਂ ਰੂਹਾਨੀਅਤ ਦੇ ਨਾਲ ਸ਼ਰਾਸ਼ਾਰ ਆਪਣੀ ਰੂਹ ਨੂੰ ਕਰਕੇ ਤੇ ਫਿਰ ਜਿਹੜਾ ਹੈ ਇੱਥੋਂ ਜਾਂਦੇ ਅੱਜ ਵੀ ਇਸ ਦਿਨ ਦੀ ਬੜੀ ਵੱਡੀ ਪੰਥ ਦੇ ਵਿੱਚ ਮਹੱਤਤਾ ਹੈ ਅੱਜ ਜ਼ਰੂਰਤ ਹੈ ਕਿ ਸਾਰਾ ਪੰਥ ਰਲ ਮਿਲ ਕੇ ਇੱਕੋ ਕੇ ਬੈਠੇ ਪਰ ਇਹਦੇ ਲਈ ਸਭ ਤੋਂ ਵੱਡੀ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈ ਹਉਮੈ ਦਾ ਤਿਆਗ ਹਉਮੈ ਦੇ ਤਿਆਗ ਕੀਤਿਆਂ ਬਿਨਾ ਇੱਕ ਹੋਣਾ ਜਿਹੜਾ ਹੈ ਉਹ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ ਤੇ ਹਉਮੈ ਅੱਜ ਕੋਈ ਛੱਡਣ ਵਾਸਤੇ ਤਿਆਰ ਨਹੀਂ ਸਾਰੇ ਮੈਂ ਮਰੀਦ ਦੀ ਪੈਵਨਾ ਦੇ ਨਾਲ ਲਬਰੀਜ਼ ਨੇ ਅਸੀ ਹਾਲਤ ਦੇ ਵਿੱਚ ਇਕੱਠਿਆ ਹੋਣਾ ਜਿਹੜਾ ਹੈ ਉਹ ਸੌਖਾ ਨਹੀਂ ਹੈ ਕਿ ਇਕੱਠੇ ਹੋਏ ਬਿਨਾ ਸਾਡੇ ਮਸਲੇ ਹੱਲ ਹੋਣੇ ਜਿਹੜੇ ਹੈ ਇਹ ਵੀ ਬਹੁਤ ਔਖੇ ਆਓ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਪਰਨ ਕਰੀਏ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਆਪਣੀ ਹੋਮਾਂ ਦਾ ਤ્યાਗ ਕਰਕੇ ਇੱਕ ਹੋ ਕੇ ਬੈਠੀਏ ਤੇ ਜਿਹੜੇ ਵੀ ਸਾਡੇ ਸਾਂਝੇ ਮਸਲੇ ਮਸਾਇਲ ਉਹਨਾਂ ਨੂੰ ਅਸੀਂ ਹੱਲ ਕਰਨ ਵਾਸਤੇ ਜਿੱਥੇ ਯਤਨ ਕਰੀਏ ਉੱਥੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੀ ਯਤਨਾਂ ਨੂੰ ਕਾਮਯਾਬ ਕਰੇ ਮੈਂ ਇੱਕ ਵਾਰੀ ਫੇਰ ਪੰਦੀ ਛੋੜਦੇ ਦਿਵਸ ਦੀਵਾਲੀ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ